ਇਹਨਾਂ ਦੁਖੀਆਂ ਦੇ ਸੋਧੇ ਲੱਗਦੇ ਆਏ ਤੇ ਲੱਗਦੇ ਰਹਿਣਗੇ। ਆ ਨਗਮਾ ਕਹਿਣ ਲੱਗਿਆ, ਕੋਈ ਭਿੰਡਰਾਂ ਵਾਲੇ ਦਾ ਚੇਲਾ ਤੇਰਾ ਵੀ ਨੰਬਰ ਲਾ ਜੂਗਾ। ਆ ਬੜਿਆ ਨੇ ਪੁੱਛਿਆ ਸੀ, ਭੈਣ ਜੀ ਕਿਹਦਾ ਨੰਬਰ ਲਾਉਣਾ? ਆ ਸਾਡੇ ਦੱਸਣ ਤੋਂ ਪਹਿਲਾਂ ਹੀ ਆ ਇੱਕ ਨਿਊਜ਼ੀਲੈਂਡ ਬੈਠਾ ਸੀ ਨਾ, ਇਹਨੇ ਬੜੀਆਂ ਵੀਡੀਓ ਪਾ ਦਿੱਤੀਆਂ ਕਿ ਜੀ ਆ ਕੱਲ ਦੀ ਜਵਾਕੜੀ ਜਿਹੜੀ ਹੈ ਸਾਨੂੰ ਹੁਣ ਧਮਕੀਆਂ ਦਊਗੀ ਕਿ ਕੋਈ ਭਿੰਡਰਾਂ ਵਾਲੇ ਦਾ ਚੇਲਾ ਤੇਰਾ ਵੀ ਨੰਬਰ ਲਾ ਜੂਗਾ। ਇਹ ਸੱਚ ਹੈ? ਜਿਹਨਾਂ ਨੇ ਵੀ ਸਾਡੇ ਘਰ ਵੱਲ ਨੂੰ ਮੂੰਹ ਕੀਤਾ ਨਾ, ਜਿਹੜਾ ਵੀ ਸਾਡੇ ਸਤਿਗੁਰਾਂ ਬਾਰੇ, ਗੁਰੂ ਘਰ ਦੇ ਉਹਨਾਂ ਸਿੱਖਾਂ ਬਾਰੇ, ਸਾਡੀਆਂ ਕੌਮ ਦੀਆਂ ਜਿਹੜੀਆਂ ਮਾਤਾਵਾਂ ਸ਼ਹੀਦੀਆਂ ਸ਼ਹੀਦਾਂ ਸਿੱਖਾਂ ਦੀਆਂ ਮਾਵਾਂ ਨੇ, ਮਾਈ ਭਾਗੋ ਵਰਗੀਆਂ ਸਾਡੀਆਂ ਮਾਵਾਂ ਨੇ, ਉਹਨਾਂ ਦੇ ਬਾਰੇ ਜੇ ਕੋਈ ਗਲਤ ਬੋਲੇਗਾ ਸਾਡਾ ਫਰਜ਼ ਬਣਦਾ ਉਹਨਾਂ ਨੂੰ ਜਵਾਬ ਦੇਣਾ। ਬੜੇ ਵੇਖੇ ਨੇ, ਸੁਣਿਆ ਕੀ ਕਿ ਜਿਹੜਾ ਬਕਵਾਸ ਕਰਦਾ ਉਹਨੂੰ ਕਰਨ ਦਿਓ। ਆ ਸਾਡੇ ਦੁਨਿਆਵੀ ਬਾਪ ਨੂੰ ਸਾਡੇ ਸਾਹਮਣੇ ਕੋਈ ਗਾਲ ਕੱਢੇ ਕੀ ਕਰੋਗੇ? ਚੁੱਪ ਕਰਕੇ ਘਰ ਵਾਪਸ ਆ ਕੇ ਮਾਂ ਦੀ ਗੋਦ 'ਚ ਰੋਣ ਬੈਠੋਗੇ ਜਾਂ ਸਿਰ ਪਾੜੋਗੇ ਜਾਂ ਮਾਰ ਦਿਓਗੇ? ਪਰ ਜਿਹੜਾ ਦੀਨ ਦੁਨੀਆਂ ਦਾ ਪਾਤਸ਼ਾਹ, ਜਿਹੜਾ ਯੋਧਿਆ ਸਾਡੀ ਸਾਡੀਆਂ ਖੁਸ਼ੀਆਂ ਖਾਤਰ, ਧਰਮ ਖਾਤਰ, ਕੌਮ ਖਾਤਰ, ਘਰ ਪਰਿਵਾਰਾਂ ਦੇ ਮੋਹ ਤਿਆਗ ਕੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਜੇ ਕੋਈ ਮਾੜਾ ਬੋਲੇ ਤਾਂ ਅਸੀਂ ਚੁੱਪ ਕਰ ਜਾਈਏ ਕਿ ਉਹ ਬਈ ਅਸੀਂ ਨਹੀਂ ਜਵਾਬ ਦੇਣਾ? ਫਿਰ ਗਵਾਂਢੀਆਂ ਨੇ ਆ ਕੇ ਦੇਣਾ। ਇਹਨਾਂ ਬੜਾ ਗੱਲ ਕਰਨੀ, ਨਾਲੇ ਤੇ ਲਾਈਵ ਹੋਣਾ ਯੂਟਿਊਬ ਦੇ ਉੱਪਰ, ਨਾਲੇ ਮੁੱਛ ਨੂੰ ਵੱਟ ਚਾੜਨਾ। ਮੈਂ ਤਾਂ ਏਦਾਂ ਹੀ ਬੋਲੂ, ਮੇਰੀ ਮੁੱਛ ਦਾ ਕੋਈ ਵਾਲ ਨਹੀਂ ਪਿੰਗਾ ਕਰ ਸਕਦਾ, ਹੁਣ ਨੂੰ ਕੀ ਨਹੀਂ ਹੁੰਦਾ। ਆ ਪਰ ਮਾਵਾਂ ਦੇ ਪੁੱਤਾਂ ਨੇ ਕਟਾਪਾ ਹੋ ਜਿਹਾ ਚਾੜਿਆ, ਪਰ ਸਰੀਰ 'ਤੇ ਕੋਈ ਕੇਸ ਵੀ ਨਹੀਂ ਸੀ ਰਹਿਣ ਦਿੱਤਾ ਇਹਦੇ। ਇਹਨਾਂ ਦੁਖੀਆਂ ਦੇ ਸੋਧੇ ਲੱਗਦੇ ਆਏ ਤੇ ਲੱਗਦੇ ਰਹਿਣਗੇ, ਕਿਉਂਕਿ ਪਿਆਰੇ ਖਾਲਸਾ ਜੀ, ਆ ਜਿਹੜੀ ਮੇਰੀ ਕੌਮ ਹੈ ਨਾ, ਇਹ ਬੰਬਾਂ ਬੰਦੂਕਾਂ ਜਾਂ ਕਿਸੇ ਹੋਰ ਹਥਿਆਰਾਂ ਨਾਲ ਖਤਮ ਹੋਣ ਵਾਲੀ ਨਹੀਂ। ਸਾਡੀਆਂ ਰਗਾਂ ਦੇ ਵਿੱਚ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਲਹੂ ਦੌੜਦਾ। ਆ ਕਵੀ ਨੇ ਬਹੁਤ ਕਮਾਲ ਦਾ ਕਿਹਾ, ਆਂਦਾ ਦਿੱਲੀ ਤਖ਼ਤ ਕੰਬਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਰਕ ਦਾ ਸਦਕਾ, ਇੰਦਰਾ ਦਾ ਖਾਨਦਾਨ ਕੰਬਿਆ ਸਤਵੰਤ ਬੇਅੰਤ ਦੀ ਚੜ੍ਹਤ ਦਾ ਸਦਕਾ, ਆਪ ਪੂਨਾ ਸ਼ਹਿਰ ਵਿੱਚ ਪਾਪੀ ਤੜਫਿਆ ਸੀ ਸੁੱਖੇ ਜਿੰਦੇ ਦੀ ਤਰਕ ਦਾ ਸਦਕਾ, ਚੰਡੀਗੜ੍ਹ ਸਕੱਤਰੇਤ ਦੀ ਧਰਤ ਹਿੱਲ ਗਈ ਭਾਈ ਦਲਾਵਰ ਸਿੰਘ ਦੀ ਕੜਕ ਦਾ ਸਦਕਾ, ਤੇ ਸਿੱਖੀ ਦੇ ਦੁਖੀ ਸਦਾਹੀ ਕੰਬਦੇ ਰਹਿਣਗੇ ਕਲਗੀ ਧਰ ਦੇ ਖਾਲਸੇ ਦੀ ਮੜਕ ਦਾ ਸਦਕਾ। ਆਓ ਜੀ, ਬਹੁਤਾ ਸਮਾਂ ਨਹੀਂ। ਆ ਕਵੀ ਨੇ ਬੜੀਆਂ ਕਮਾਲ ਦੀਆਂ ਸਤਰਾਂ ਲਿਖੀਆਂ, ਤੂੰ ਹੱਥ ਪਾਉਣਾ ਅਣਖਾਂ ਨੂੰ ਤੇਰੇ ਗਲਵੇ ਨੂੰ ਨਾ ਪੈ ਜਾਵੇ, ਹੋਰ ਕੋਈ ਅੱਗਿਆ ਹੋਇਆ ਸਰਕਾਰਾਂ ਤੋਂ ਤੇਰੀ ਹਿੱਕ ਦੇ ਵਿੱਚ ਨਾ ਲੈ ਜਾਵੇ। ਉਹ ਦਿਨ ਬਹੁਤੀ ਦੂਰ ਨਹੀਂ ਜਦ ਰਾਜ ਖਾਲਸਾ ਆ ਜੂਗਾ। ਧਿਆਨ ਨਾਲ ਸੁਣਿਓ ਬਈ, ਕੋਈ ਭਿੰਡਰਾਂ ਵਾਲੇ ਦਾ ਚੇਲਾ ਤੇਰਾ ਵੀ ਨੰਬਰ ਲਾ ਜੂਗਾ। ਹੋਇਆ ਸਰਕਾਰਾਂ ਤੋਂ
ਗਈ ਤਪੀ।